ਬੈਂਕ ਦਾ ਕਰਜ਼ਾ ਲੈ ਕੇ ਛੋਟੀਆਂ ਬੱਚੀਆਂ ਨੂੰ ਛੱਡ ਗਏ ਮਾਪਿਓ। ਫਿਰ ਬੈਂਕ ਨੇ ਬੱਚੀਆਂ ਨੂੰ ਬਾਹਰ ਕੱਢ ਘਰ ਨੂੰ ਲਗਾਇਆ ਤਾਲਾ। ਹੁਣ ਇਹਨਾਂ ਲੋਕਾਂ ਨੇ ਕਰਜ਼ਾ ਚੁਕਾ ਕੇ ਬੱਚੀਆਂ ਨੂੰ ਘਰ ਦੁਆਇਆ ਵਾਪਿਸ। ਤਾਂ ਦੱਸਦੇ ਕਿ ਜਿੱਥੇ ਅੱਜ ਜ਼ਮੀਨ ਦੇ ਰੋਲੇ ਤੇ ਚੱਲਦੇ ਭਰਾ ਭਰਾ ਦਾ ਵੈਰੀ ਹੋਇਆ ਬੈਠਾ, ਉੱਥੇ ਇਹਨਾਂ ਲੋਕਾਂ ਨੇ ਹੁਣ ਇਕੱਠੇ ਹੋ ਕੇ ਇੱਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ। ਦੱਸਦੇ ਕਿ ਇੱਕ ਗਰੀਬ ਪਰਿਵਾਰ ਦਾ ਕਰਜ਼ਾ ਇਹਨਾਂ ਦੇ ਵੱਲੋਂ ਚੁਕਾਇਆ ਗਿਆ ਤੇ ਇਹਨਾਂ ਦੇ ਵੱਲੋਂ ਉਹਨਾਂ ਦਾ ਘਰ ਵਾਪਸ ਕਰਵਾਇਆ ਗਿਆ। ਤਸਵੀਰਾਂ ਵਿੱਚ ਵਿਖ ਰਹੀਆਂ ਛੋਟੀਆਂ ਬੱਚੀਆਂ ਦੇ ਮਾਤਾ ਪਿਤਾ ਘਰੇਲੂ ਝਗੜੇ ਤੋਂ ਬਾਅਦ ਇੱਕ ਦੂਸਰੇ ਤੋਂ ਵੱਖ ਹੋ ਗਏ ਸੀ ਤਾਂ ਪਰਿਵਾਰ ਦੇ ਵੱਲੋਂ ਬੈਂਕ ਤੋਂ 4 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ, ਪਰ ਪੈਸੇ ਵਾਪਸ ਨਾ ਦੇਣ ਦੇ ਕਾਰਨ ਬੈਂਕ ਦੇ ਵੱਲੋਂ ਇਹਨਾਂ ਬੱਚੀਆਂ, ਇਹਨਾਂ ਦੀ ਦਾਦੀ ਅਤੇ ਭੂਆ ਨੂੰ ਘਰ ਤੋਂ ਬਾਹਰ ਕੱਢ ਕੇ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ ਸੀ ਅਤੇ ਪਿਛਲੇ ਕਰੀਬ 5 ਮਹੀਨੇ ਤੋਂ ਇਸ ਪਰਿਵਾਰ ਦੇ ਮੈਂਬਰ ਮਹੱਲੇ ਦੇ ਲੋਕਾਂ ਦੇ ਘਰ ਰਹਿ ਰਹੇ ਸੀ। ਤਾਂ ਇਸ ਸੰਬੰਧੀ ਜਦ ਵਪਾਰ ਮੰਡਲ ਨੂੰ ਪਤਾ ਲੱਗਿਆ ਤਾਂ ਉਹਨਾਂ ਦੇ ਵੱਲੋਂ ਇਸ ਸੰਬੰਧੀ ਕੋਸ਼ਿਸ਼ ਕੀਤੀ ਗਈ ਅਤੇ ਬੈਂਕ ਦਾ ਕਰਜ਼ਾ ਵਾਪਸ ਕਰਕੇ ਘਰ ਦੀ ਚਾਬੀ ਇਸ ਪਰਿਵਾਰ ਦੇ ਹਵਾਲੇ ਕੀਤੀ ਗਈ। ਤਾਂ ਇਸ ਮੌਕੇ ਵਪਾਰ ਮੰਡਲ ਵੱਲੋਂ ਲੋਕਲ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵੱਲੋਂ ਬੈਂਕ ਨਾਲ ਗੱਲ ਕਰਕੇ ਵਿਆਜ ਦੇ ਵਿੱਚ ਕਟੌਤੀ ਕੀਤੀ ਗਈ। ਤਾਂ ਦੱਸ ਦਈਏ ਕਿ ਪਠਾਨਕੋਟ ਦੇ ਵਿੱਚ ਰਹਿਣ ਵਾਲੇ ਇਸ ਪਰਿਵਾਰ ਦੇ ਘਰ ਨੂੰ ਬੈਂਕ ਦੇ ਵੱਲੋਂ ਤਾਲਾ ਲਗਾ ਦਿੱਤਾ ਗਿਆ ਸੀ ਕਿਉਂਕਿ ਇਹਨਾਂ ਦੇ ਵੱਲੋਂ ਕਰਜ਼ਾ ਲਿਆ ਹੋਇਆ ਸੀ ਤਾਂ ਮਾਂ ਪਿਓ ਇਹਨਾਂ ਛੋਟੀਆਂ ਬੱਚੀਆਂ ਨੂੰ ਛੱਡ ਕੇ ਚਲੇ ਜਾਂਦੇ ਨੇ। ਜਿਸ ਤੋਂ ਬਾਅਦ ਵਪਾਰ ਮੰਡਲ ਦੇ ਇਹਨਾਂ ਲੋਕਾਂ ਨੇ ਇਹਨਾਂ ਦੀ ਜ਼ਿੰਮੇਵਾਰੀ ਚੁੱਕੀ ਤੇ ਬੈਂਕ ਦਾ ਕਰਜ਼ਾ ਵਾਪਸ ਕਰਕੇ ਇਸ ਪਰਿਵਾਰ ਦੇ ਹੱਥ ਇਹਨਾਂ ਦੇ ਘਰ ਦੀ ਚਾਬੀ ਫੜਾਈ ਹੈ। ਕੈਸਾ ਕੰਮ ਹੋਇਆ ਪਠਾਨਕੋਟ ਦੇ ਵਿੱਚ ਕਿ ਇੱਕ ਪਰਿਵਾਰ ਨੇ ਬੈਂਕ ਤੋਂ ਕਰਜ਼ਾ ਲਿਆ, ਉਹ ਲੇਡੀ ਨੇ ਆਪਣੀਆਂ ਦੋਵਾਂ ਬੱਚੀਆਂ ਨੂੰ ਛੱਡ ਕੇ ਅਤੇ ਉਹ ਚਲੀ ਗਈ ਇੱਥੋਂ ਔਰ ਬੈਂਕ ਨੇ ਉਹਦੇ 'ਤੇ ਤਾਲਾ ਲਾ ਦਿੱਤਾ। ਕੁਝ ਦੇਰ ਵੇਟ ਕੀਤੀ, ਜਦੋਂ ਪੈਸਾ ਵਾਪਸ ਨਹੀਂ ਮਿਲਿਆ ਬੈਂਕ ਨੇ ਉਹ 'ਤੇ, ਗ੍ਰਾਮੀਣ ਬੈਂਕ ਹੈ ਪੰਜਾਬ ਗ੍ਰਾਮੀਣ ਬੈਂਕ, ਉਹਨੇ ਤਾਲਾ ਲਾ ਦਿੱਤਾ। ਉਹ ਇਹ ਚੀਜ਼ ਵੀਡੀਓ ਜਦੋਂ ਵਾਇਰਲ ਹੋਈ ਅਤੇ ਸਾਰੇ ਸਾਡੇ ਵਪਾਰ ਮੰਡਲ ਦੇ ਸਾਰੇ ਸੱਜਣਾਂ ਨੇ ਇਸ ਗੱਲ ਨੂੰ ਬੜੇ ਜ਼ੋਰ ਸ਼ੋਰ ਨਾਲ ਉਠਾਇਆ, ਔਰ ਕਿਉਂਕਿ ਛੋਟੀ ਛੋਟੀਆਂ ਬੱਚੀਆਂ ਸੀ ਜਿਨ੍ਹਾਂ ਨੂੰ ਘਰ 'ਚੋਂ ਕੱਢ ਤਾ ਗਿਆ ਔਰ ਘਰੋਂ ਕੱਢ ਕੇ ਬਾਹਰ ਬਿਠਾ ਤਾ, ਸਰਦੀਆਂ ਦੇ ਦਿਨ ਸੀ। ਤੋ ਜਦੋਂ ਇਹ ਵਾਇਰਲ ਹੋਈ ਤਾਂ ਉਹੀ ਸਾਰੇ ਸ਼ਹਿਰਦਾਰ ਇਕੱਠੇ ਹੋਏ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਵਪਾਰ ਮੰਡਲ, ਸਾਡੀ ਲਾਇਨਸ ਕਲੱਬ ਦੇ ਬੜੇ ਦੋਸਤ ਸਾਰਿਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਵੀ ਇਹਦਾ ਪੈਸਾ ਜਿਹੜਾ ਵੀ ਹੈ ਬੈਂਕ ਦਾ ਉਹ ਅਸੀਂ ਤਾਰਾਂਗੇ ਔਰ ਬੈਂਕ ਦਾ ਪੈਸਾ ਦੇ ਕੇ ਅਸੀਂ ਇਹਨਾਂ ਬੱਚਿਆਂ ਨੂੰ ਘਰ ਦੇ ਅੰਦਰ ਵਾੜਨਾ। ਮੈਨੂੰ ਇਸ ਗੱਲ ਦੀ ਅੱਜ ਖੁਸ਼ੀ ਹੈ ਕਿ ਅੱਜ ਉਹਦੇ ਵਿੱਚ ਕਾਫੀ ਜ਼ਿਆਦਾ ਬੈਂਕ ਨੇ ਵੀ ਸਾਡੇ ਨਾਲ ਸਹਿਯੋਗ ਕੀਤਾ, ਸਾਡੀ ਐਡਮਿਨਿਸਟ੍ਰੇਸ਼ਨ ਨੇ ਬੜਾ ਸਹਿਯੋਗ ਕੀਤਾ, ਸਾਡੇ ਮੰਤਰੀ ਜੀ ਨੇ ਵੀ ਉਹਦੇ ਵਾਸਤੇ ਬੜਾ ਸਾਡੇ ਨਾਲ ਸਹਿਯੋਗ ਕੀਤਾ, ਮੰਤਰੀ ਕਟਾਰੂ ਚੱਕ ਜੀ ਨੇ, ਸਾਰਿਆਂ ਨੇ ਇਕੱਠੇ ਹੋ ਕੇ ਇਸ ਕੰਮ ਦਾ ਬੀੜਾ ਉਠਾਇਆ ਔਰ ਅੱਜ ਲੋਨ 'ਤੇ 4 ਲੱਖ ਰੁਪਇਆ ਲਿਆ ਗਿਆ ਸੀ, ਉਹ ਜਿਹੜਾ ਅੱਜ ਉਹ 7-8 ਲੱਖ ਦੇ ਕਰੀਬ ਬਣ ਗਿਆ ਦਾ ਸੀ। ਫਿਰ ਅਸੀਂ ਸਾਰੇ ਜਦੋਂ ਡਿਪਾਰਟਮੈਂਟ ਵਿੱਚ ਪਿਆ, DC ਸਾਹਿਬ, ADC ਸਾਹਿਬ, ਖਾਸ ਤੌਰ 'ਤੇ ADC ਸਾਹਿਬ ਦਾ ਤਾਂ ਮੈਂ ਬਹੁਤ ਧੰਨਵਾਦੀ ਹਾਂ, ਉਹਨਾਂ ਨੇ ਬੜਾ ਪੇਨ ਲਈ ਇਸ ਕੰਮ 'ਚ। ਉਹ ਫਿਰ ਬੈਂਕ ਨੂੰ ਅਸੀਂ ਬੁਲਾਇਆ, ਫਿਰ ਉੱਥੇ ਸਾਰੇ ਸਾਡੇ ਵਪਾਰ ਮੰਡਲ ਦੇ ਸਾਰੇ ਦੋਸਤਾਂ ਨੇ ਇਕੱਠੇ ਹੋ ਕੇ ਜਦੋਂ ਅਸੀਂ ADC ਸਾਹਿਬ ਨੂੰ ਰਿਕੁਐਸਟ ਕੀਤੀ ਕਿ ਪੈਸਾ ਤਾਂ ਅਸੀਂ ਦੇਣ ਨੂੰ ਤਿਆਰ ਹਾਂ, ਵੀ ਬੈਂਕ ਉਹਨੇ ਕੁ ਪੈਸੇ ਲਏ ਜਿੰਨੇ ਉਹਨਾਂ ਨੇ ਬੈਂਕ ਦਾ ਲੋਨ ਲਿਆ, ਤੋ ਅਸੀਂ ਉਹਨਾਂ ਨਾਲ ਬਹਿ ਕੇ ਨੈਗੋਸ਼ੀਏਟ ਕਰਕੇ ਅਸੀਂ ਉਹ ਪੈਸਾ ਜਿਹੜਾ ਉਹਨਾਂ ਨਾਲ ਨੈਗੋਸ਼ੀਏਟ ਕੀਤੀ ਬੈਂਕ ਨਾਲ, ਵਿੱਦੀ ADC ਸਾਹਿਬ ਨੂੰ ਵਿੱਚ ਬਿਠਾਇਆ ਔਰ ਉਹਦੇ ਵਿੱਚ ਜੋ ਫੈਸਲਾ ਹੋਇਆ ਕਿ ਇੰਨੇ ਪੈਸੇ ਜਮ੍ਹਾਂ ਕਰਾ ਦਿਓ
ਔਰ ਉਸੀ ਉਹ ਸਾਰਿਆਂ ਨੇ ਸਾਰੇ ਸ਼ਹਿਰਦਾਰਾਂ ਨੇ ਇਕੱਠੇ ਹੋ ਕੇ ਉਹ ਪੈਸਾ ਜਮ੍ਹਾਂ ਕੀਤਾ ਔਰ ਉਹ ਜਮ੍ਹਾਂ ਕਰਕੇ ਅਤੇ ਅੱਜ ਅਸੀਂ ਬੈਂਕ 'ਚ ਜਮ੍ਹਾਂ ਕਰਾਇਆ ਔਰ ਬੈਂਕ ਨੂੰ ਅਸੀਂ ਚਾਬੀਆਂ ਲਿਆ ਕੇ ਸਾਰੇ ਅੱਜ ਸਾਡੇ ਨਾਲ ਸਾਡੇ ਸ਼ਹਿਰ ਦੇ ਸਾਰੇ ਦੋਸਤ ਸਾਡੇ ਨਾਲ ਇਕੱਠੇ ਹੋ ਕੇ ਅਸੀਂ ਆਏ ਹਾਂ ਔਰ ਅਸੀਂ ਉਹ ਬੱਚੀਆਂ ਨੂੰ ਅੱਜ ਤਾਲਾ ਖੋਲ੍ਹ ਕੇ ਉਹਨਾਂ ਬੱਚੀਆਂ ਨੂੰ ਅੰਦਰ ਭੇਜਿਆ ਤਾਂ ਕਿ ਉਹ ਬੱਚੇ ਜਿਹੜੇ ਪਿਛਲੇ 4-5 ਮਹੀਨੇ ਤੋਂ ਬਾਹਰ ਧੱਕੇ ਖਾ ਰਹੇ ਸੀ, ਬੱਚੀਆਂ ਸਕੂਲ ਵੀ ਨਹੀਂ ਜਾ ਰਹੀਆਂ ਸੀ, ਉਹ ਮੈਂ ਧੰਨਵਾਦੀ ਹਾਂ ਉਹਦੇ ਮਹੱਲੇਦਾਰ ਮਹੱਲੇ ਦੇ ਜਿਸ ਮਹੱਲੇ 'ਚੋਂ ਲੈ ਰਹੇ ਆ ਉਹਨਾਂ ਲੋਕਾਂ ਦੇ ਜਿਨ੍ਹਾਂ ਉਹਨਾਂ ਬੱਚਿਆਂ ਨੂੰ ਆਪਣੇ ਕੋਲ ਰੱਖਿਆ ਬੱਚੀਆਂ ਨੂੰ ਔਰ ਉਹਨਾਂ ਨੂੰ ਪ੍ਰੋਪਰ ਖਾਣਾ ਵੀ ਦਿੰਦੇ ਰਹੇ ਔਰ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਸਕੂਲ ਵੀ ਭੇਜਦੇ ਰਹੇ। ਤਾਂ ਇਹ ਚੀਜ਼ ਜਦੋਂ ਸਾਰਿਆਂ ਦੇ ਸਾਹਮਣੇ ਆਈ, ਸਾਰੇ ਸ਼ਹਿਰ ਇਕੱਠਾ ਹੋਇਆ ਔਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬੈਂਕ ਨੇ ਵੀ ਸਾਥ ਦਿੱਤਾ, ਐਡਮਿਨਿਸਟ੍ਰੇਸ਼ਨ ਨੇ ਵੀ ਸਾਥ ਦਿੱਤਾ ਔਰ ਸਾਰੇ ਸ਼ਹਿਰ ਵਾਸੀਆਂ ਨੇ ਵੀ ਸਾਥ ਦਿੱਤਾ ਔਰ ਸਾਰਿਆਂ ਨੇ ਕਰਕੇ ਅੱਜ ਅਸੀਂ ਬੱਚੀਆਂ ਨੂੰ ਆਪਣੇ ਘਰ ਭੇਜਿਆ। ਇਸ ਗੱਲ ਦੀ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਆ। ਮੈਂ ਸਾਰੇ ਉਹਨਾਂ ਦੋਸਤਾਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਸਾਨੂੰ ਸਹਿਯੋਗ ਕੀਤਾ, ਮੈਂ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਜਦੋਂ ਵੀ ਕੋਈ ਸ਼ਹਿਰ ਦੇ ਉੱਤੇ ਕੋਈ ਇਹੋ ਜਿਹੀ ਮੁਸੀਬਤ ਆਏ ਅਸੀਂ ਸਾਰੇ ਇਕੱਠੇ ਹੋ ਜਾਈਏ, ਇਕੱਠੇ ਹੋ ਕੇ ਜਿੱਥੇ ਅਸੀਂ ਕਰ ਸਕਦੇ ਹਾਂ ਜਿੰਨਾ ਕਰ ਸਕਦੇ ਹਾਂ ਮਾਨਵਤਾ ਦੀ ਸੇਵਾ ਦੇ ਲਈ ਅੱਗੇ ਆਉਂਦੇ ਰਹੀਏ। ਇਹਦੀ ਜਿਹੜੀ ਰੂਪਰੇਖਾ ਨਾ ਜੀ ਇਸ ਮਕਾਨ ਦੀ, ਇਹ ਤੁਹਾਡੇ ਮੀਡੀਆ ਔਰ ਪ੍ਰਿੰਟ ਮੀਡੀਆ ਰਾਹੀਂ ਇੱਕ ਵੀਡੀਓ ਵਾਇਰਲ ਹੋਈ ਸੀ ਜਦੋਂ ਨਵਰਾਤਰਿਆਂ ਤੋਂ ਕੁਛ ਦਿਨ ਬਾਅਦ ਲੋਕ ਕੰਜਕਾਂ ਦਿੰਦੇ ਸੀ ਔਰ ਕੰਜਕਾਂ ਲੱਭਦੇ ਸੀ ਔਰ ਉਸ ਤੋਂ ਕੁਛ ਦਿਨ ਬਾਅਦ ਇਹ ਕੰਜਕਾਂ ਇਸ ਘਰ ਦੇ ਬਾਹਰ ਜਿਹੜੀਆਂ ਉਹ ਖੜੀਆਂ ਸੀਗੀਆਂ। ਜਦੋਂ ਤੁਹਾਡੀ ਇਹ ਵੀਡੀਓ ਵਾਇਰਲ ਹੋਈ ਸੀਗੀ, ਅਸੀਂ ਲੋਕ 2-3 ਜਣੇ ਅਸੀਂ ਆਪਣਾ ਚਾਹ ਪੀ ਰਹੇ ਸੀ, ਅਸੀਂ ਤੁਹਾਡੀ ਵੀਡੀਓ ਦੇਖੀ ਅਤੇ ਅਸੀਂ ਇਸ ਸਥਾਨ 'ਤੇ ਪਹੁੰਚ ਗਏ। ਜਦੋਂ ਅਸੀਂ ਇੱਥੇ ਦੇਖਿਆ ਕਿ ਇਹ ਦੋ ਬੱਚੀਆਂ ਛੋਟੀਆਂ ਛੋਟੀਆਂ ਔਰ ਇਹਨਾਂ ਦੀ ਮਾਤਾ ਬਜ਼ੁਰਗ ਅਤੇ ਇੱਕ ਇਹਨਾਂ ਦੀ ਭੂਆ ਜੀ ਜਿਹੜੀਆਂ ਕਿ ਇਸ ਸਰਦੀ ਦੇ ਮੌਸਮ ਦੇ ਵਿੱਚ ਬਾਹਰ ਜਿਹੜੀਆਂ ਬੈਠੀਆਂ ਸੀਗੀਆਂ, ਅਸੀਂ ਇਹਨਾਂ ਤੋਂ ਪੁੱਛਿਆ, ਮਹੱਲੇ ਵਾਲੇ ਤੋਂ ਪੁੱਛਿਆ ਕਿ ਇਹ ਕੀ ਕਾਰਨ ਆ। ਇਹਨਾਂ ਨੇ ਕਿਹਾ ਜੀ ਇਹ ਇਹਨਾਂ ਦੀ ਮਾਤਾ ਅਤੇ ਇਹਨਾਂ ਦੇ ਪਿਤਾ ਦੇ ਕੁਝ ਡਿਸਪਿਊਟ ਦੇ ਕਾਰਨ ਲੋਨ ਲਿਆ ਸੀਗਾ, ਲੋਨ ਲੈਣ ਤੋਂ ਬਾਅਦ ਜਿਹੜਾ ਲੋਨ ਨਹੀਂ ਦਿੱਤਾ ਗਿਆ ਅਤੇ ਬੈਂਕ ਨੇ ਸਰਪੇਸੀ ਕੇਸ ਕਰਕੇ ਇਸ ਨੂੰ ਤਾਲਾ ਲਗਾ ਦਿੱਤਾ। ਲੇਕਿਨ ਕੁਛ ਮਹੱਲੇ ਵਾਲਿਆਂ ਦੇ ਕਹਿਣ ਦੇ ਉੱਤੇ ਅਸੀਂ ਇਸ ਦੀ ਡਰਾਫਟ ਕੀਤੀ ਕਿ ਇਹ ਖਸਰਾ ਨੰਬਰ ਕਿਸ 'ਚ ਆਉਂਦਾ। ਅਸੀਂ ਉਸ ਖਸਰੇ ਨੰਬਰ ਦੇ ਕਰਕੇ ਅਸੀਂ ਡਿਮਾਰਕੇਸ਼ਨ ਵੀ ਕਰਾਈ ਔਰ ਡਿਮਾਰਕੇਸ਼ਨ ਦੇ ਵਿੱਚ ਸਾਨੂੰ ਕੁਛ ਡਾਊਟ ਲੱਗਿਆ ਕਿ ਇਹ ਉਹਦੇ ਵਿੱਚ ਨਹੀਂ ਆਉਂਦਾ। ਲੇਕਿਨ ਅਸੀਂ ਖੁਸ਼ਕਿਸਮਤੀ ਸਮਝਦੇ ਹਾਂ ਸਾਡੇ ਜਿੰਨੇ ਵੀ ਸਹਿਯੋਗੀ ਨੇ, ਅਸੀਂ ਇੱਕ ਟੀਮ ਬਣਾਈ, ਟੀਮ ਬਣਾ ਕੇ ਇਸ ਪ੍ਰਸ਼ਾਸਨ ਦੇ ਨਾਲ ਵਾਸਤਾ ਕੀਤਾ, ADC ਸਾਹਿਬ ਨਾਲ ਵਾਸਤਾ ਕੀਤਾ, ਤਹਿਸੀਲਦਾਰ ਸਾਹਿਬ ਨਾਲ ਵਾਸਤਾ ਕੀਤਾ ਔਰ ਇਹਦਾ ਪ੍ਰਯਾਸ ਜਾਰੀ ਰੱਖਿਆ। ਐਂਡ ਅਸੀਂ ਇਸ ਪੁਆਇੰਟ 'ਤੇ ਪਹੁੰਚੇ ਕਿ ਬੈਂਕ ਨਾਲ, ਬੈਂਕ ਨੇ ਕੋਈ 5.5-6 ਲੱਖ ਰੁਪਇਆ ਦਾ ਲੋਨ ਜਿਹੜਾ ਤੈਅ ਕੀਤਾ ਸੀਗਾ। ਅਸੀਂ ਲੋਕਾਂ ਨੇ ਸਾਰਿਆਂ ਨੇ ਕਿ ਅਸੀਂ ਇਸ ਦਾ ਇੱਕ ਜਿਹੜਾ ਬੀੜਾ, ਇਹ ਜਿਹੜੀਆਂ ਬੱਚੀਆਂ ਜਿਹੜੀਆਂ ਨੇ ਬੇਸਹਾਰਾ ਜਿਹੜੀਆਂ ਹੋ ਗਈਆਂ ਨੇ, ਇਹਨਾਂ ਨੂੰ ਅੰਦਰ ਵੜਨਾ। ਅਸੀਂ ਲੋਕਾਂ ਨੇ ਸਾਰੇ ਆਪਸ ਦੇ ਵਿੱਚ ਪੈਸੇ ਇਕੱਠੇ ਕਰਕੇ 4 ਲੱਖ ਦੇ ਵਿੱਚ ਜਿਹੜੀ ਸੈਟਲਮੈਂਟ ਜਿਹੜੀ ਅਸੀਂ ਆ ਬੈਂਕ ਦੇ ਨਾਲ ਕੀਤੀ ਔਰ ਅਸੀਂ ਧੰਨਵਾਦੀ ਹਾਂ ADC ਸਾਹਿਬ ਦਾ ਔਰ ਪ੍ਰਸ਼ਾਸਨ ਦਾ ਕਿ ਉਹਨਾਂ ਨੇ ਸਾਡਾ ਇਹਦੇ ਵਿੱਚ ਪੂਰਾ ਸਾਥ ਹੀ ਦਿੱਤਾ।